गिदड़वाहा राज अंदर 10 सालां दे लंबे वक्फे तो बाद कांग्रेस पार्टी दी सरकार आउण ते स्थानक शहर दे विच धर्म बोर्ड दे अधीन आउंदियां 6 संस्थावां दे अहुदेदारां ने अपने अहुदियां तों अस्तीफा दे दित्ता सी, पर उस तों बाद उक्त संस्थावां दे विच प्रधानगी नूं लै के एक अनार 100 बीमार वाली कहावत बन गई है। धर्म बोर्ड दे प्रधान अते आड़तिया एसोसीएशन दे प्रधान नरेंद्र भोला नूं छड्ड के इस अधीन आउण वालियां बाकी संस्थावां दा कोई प्रधान जां होर अहुदेदार नियुक्त नहीं कीता गया। अज दी तरीक दे विच इह संस्थावां राम भरोसे ही चल रहियां ने। ਉਹ ਕਹਿੰਦਾ ਅੰਕਲ ਵੀ ਯਾਰ ਆਪਾਂ ਜਿਹੜਾ ਵੀ ਸ਼ਹਿਰ ਦਾ ਮਾਹੌਲ ਠੀਕ ਰਹੇ ਵਿੱਚ ਆਪਾਂ ਰਲ ਮਿਲ ਕੇ ਬਣਾ ਲਈਏ ਆਪਣੀ ਇਤਰਾਜ ਕਹਿੰਦਾ ਮੈਂ 2-3 ਦਿਨਾਂ ਤਾਈਂ ਆ ਜੂੰਗਾ ਅਤੇ ਆਪਾਂ ਇਹ ਬਣਾ ਲਾਂਗੇ ਜਿਹੜੇ ਉਹਦੇ ਗੱਲ ਬਣਾਉਣੀ। ਮੈਂ ਕਿਹਾ ਕਈ ਸੰਸਥਾ ਬੜੀਆਂ ਖਰਾਬ ਹੋ ਰਹੀਆਂ ਠੀਕ ਹੋ ਕੰਮ ਸਾਰਾ। ਉਸ ਤੋਂ ਬਾਅਦ ਇੱਕ ਵਾਰੀ ਫਿਰ ਆਇਆ ਮੇਰੇ ਕੋਲ ਕਹੇ ਭਲਾ ਮਾਨਸਾ ਤੂੰ ਤਾਂ ਟਾਈਮ ਨਹੀਂ ਲੰਮਾ ਕਰੀ ਇਹਨਾਂ ਨੇ ਬਣਾਇਆ ਜੀ ਕੰਮ ਨਹੀਂ ਮਿਲਿਆ ਬਸ ਮੈਨੂੰ ਟਾਈਮ ਨਹੀਂ ਮਿਲਿਆ ਉਹ ਨਹੀਂ ਮਿਲਿਆ ਚਲੋ ਮੈਂ ਕਿਹਾ 1.5 ਮਹੀਨਾ ਫਿਰ ਕਰਤਾ ਜੀ 1.5 ਮਹੀਨੇ ਬਾਅਦ ਅਸੀਂ ਹੁਣ ਫਿਰ ਮੀਟਿੰਗ ਅੱਜ ਰੱਖੀ ਸੀ 5 ਵਜੇ ਸ਼ਾਮ ਬੁਨਿਆਦੀ ਹੋ ਗਈ ਸਾਰਾ ਕੁਛ ਹੋ ਗਿਆ। ਮੈਂ ਇੱਥੇ ਭੁਗਤ ਚਲਾ ਗਿਆ ਕੋਈ ਫਿਰ ਮੁਕਤਸਰ ਚਲਾ ਗਿਆ ਉੱਥੋਂ ਇਹਨਾਂ ਨੇ ਉਸ ਨੂੰ ਕਹਿ ਕੇ ਉਹ ਧਰਮਸ਼ਾਲਾ ਨੂੰ ਜਿੰਦਾ ਬਣਾ ਮੈਂ ਹਲੇ ਆ ਗਿਆ ਤਾਂ ਮੈਨੂੰ ਐਸ ਐਚ ਓ ਦਾ ਟੈਲੀਫੋਨ ਆਇਆ ਕਹਿੰਦਾ ਕਿੱਥੋਂ ਮੈਂ ਕਿਹਾ ਮੈਂ ਭੁਗਤ ਤੋਂ ਆ ਰਿਹਾ ਮੈਨੂੰ ਕਹਾ ਤੁਸੀਂ ਥਾਣੇ ਹੋ ਕੇ ਜਾਇਓ ਮਗਰ ਠੀਕ ਹੈ ਮੈਂ ਥਾਣੇ ਚਲਾ ਗਿਆ। ਪਹਿਲਾਂ ਕੋਈ ਮੀਟਿੰਗ ਰੱਖੀ ਮੈਂ ਕਿਹਾ ਜਾਣਾ ਕਹਿੰਦੇ ਮੀਟਿੰਗ ਤਾਂ ਅਸੀਂ ਨਹੀਂ ਹੁੰਦੇ ਮੈਂ ਕਿਉਂ ਨਹੀਂ ਹੁੰਦੀ ਡੈਮੋਕਰੇਸੀ ਤੁਸੀਂ ਕੌਣ ਰੱਖਣ ਵਾਲੇ ਕਹਿੰਦੇ ਨਹੀਂ ਅਸੀਂ ਨਹੀਂ ਹੁੰਦੇ ਮੈਂ ਗੱਲ ਸਮਝ ਆਉਂਦੀ ਮੈਂ ਕਿਹਾ ਇੱਕ ਤਾਂ ਹੋਰ ਬੋਲਦਾ ਉਹ ਕੁਰਸੀ ਕਾਕਾ ਲਿਆ ਬਈ ਮੈਨੂੰ ਉਹ ਦੌਰਾਨ ਜਦੋਂ ਮੈਂ ਥਾਣੇ ਨਿਕਲਿਆ ਡੀ ਐਸ ਪੀ ਸਾਹਿਬ ਬਟਾ ਉਸ ਤੋਂ ਬਾਅਦ ਹੀ ਡੀ ਐਸ ਪੀ ਸਾਹਿਬ ਦਾ ਇੱਥੋਂ ਅਤੇ ਕਹਿੰਦਾ ਜੀ ਤੁਹਾਡਾ ਗੱਲ ਕਰਨੀ ਸੀ ਮੇਰੇ ਦਫ਼ਤਰ ਆਏ ਮੈਂ ਉੱਥੋਂ ਗੱਡੀ ਚੋਰੀ ਮੈਂ ਦੱਸੋ ਜੀ ਕਹਿੰਦੇ ਤੁਸੀਂ ਮੀਟਿੰਗ ਕਰ ਰਹੇ ਹੋ ਮੈਂ ਕਿਹਾ ਕਹਿੰਦੇ ਮੀਟਿੰਗ ਤਾਂ ਬੋਲ ਗਈ ਮੈਂ ਕਿਹਾ ਯਾਰ ਇਹ ਕਿੱਦਾਂ ਦਾ ਸੂਟ ਹੈ ਤੁਹਾਡਾ ਮੈਂ ਕਿਹਾ ਪੋਲੀਟੀਕਲ ਸਿਸਟਮ ਤੁਹਾਨੂੰ ਸ਼ਾਇਦ ਹੋਣਾ ਕਿਸੇ ਐੱਮ ਐੱਲ ਏ ਨੇ ਕਿਹਾ ਰਾਜੇ ਹੋਣੇ ਕਿਹੜੇ ਕਿਹਾ ਮੈਂ ਕਿਹਾ ਮੈਨੂੰ ਪਤਾ ਕਿ ਮੈਂ ਜਵਾਬ ਤਾਂ ਨਹੀਂ ਮੈਂ ਕਿਹਾ ਮੈਂ ਸਾਰੀ ਲਾਈਫ ਇਸ ਕੰਮ 'ਚ ਗੁਜ਼ਾਰੀ ਹੈ ਅਤੇ ਮੀਟਿੰਗ ਤਾਂ ਹੋਊਗੀ ਪਰ ਉਹਦਾ ਸਿੱਟਾ ਬੜਾ ਭੈੜਾ ਦਿੱਤੀ ਤੁਹਾਡਾ ਕੰਮ ਹੈ ਲਾਡ ਲੱਗਦਾ ਜੋ ਕਿ ਅਸੀਂ ਝਗੜਾ ਰਗੜਾ ਕਰਦੇ ਹਾਂ ਹੋਰ ਕਰਦੇ ਫਿਰ ਤਾਂ ਗੱਲ ਹੈ ਸਾਡੀ ਜੇ ਉਹਦੇ ਨਾਲ ਕੋਈ ਹੈਗੀ ਖਤਰਨਾਰੀ ਉਹ ਸਾਡੇ ਨਾਲ ਵਾਅਦਾ ਕਰਕੇ ਗਿਆ ਫੈਸਲਾ ਲੈ ਕੇ ਗਿਆ ਗੱਲ ਕਰਕੇ ਗਿਆ ਉਹ ਕਿਸੇ ਗੱਲ ਤੋਂ ਪੂਰਾ ਨਹੀਂ ਉੱਤਰਿਆ ਅਸੀਂ ਫਿਰ ਵੇਟ ਕਰਦੇ ਨੇ 1.5 ਮਹੀਨੇ ਬਾਅਦ ਵੇਟ ਕਰਨ ਤੋਂ ਬਾਅਦ ਫਿਰ ਅਸੀਂ ਮੀਟਿੰਗ ਬਣਾਈ ਤੁਸੀਂ ਕਿਹੜੇ ਅਸੀਂ ਨਹੀਂ ਹੁੰਦੇ ਕਹਿੰਦਾ ਇੱਕੋ ਸਮਝ ਫਿਰ ਪਤਾ ਲੱਗਿਆ ਵੀ ਤੁਹਾਨੂੰ ਸਾਰਿਆਂ ਨੂੰ ਜਿੰਦਾ ਮਾਰ ਤਾਂ ਪੁਲਿਸ ਵਾਲੇ ਪਾਸੇ ਖੜ੍ਹੇ ਉੱਥੇ ਆਹ ਗੱਲਬਾਤ ਪ੍ਰਧਾਨ ਜੀ ਤੁਹਾਡੀ ਔਰ ਰਾਜੀਵ ਡੈਂਗ ਨਾਲ ਬਣਦੀ ਨਹੀਂ ਸੀ ਜਿਹੜਾ ਉਹਨੇ ਜਿੰਦਾ ਲਵਾਤਾ ਜਾਂ ਤੁਹਾਡੇ ਨਾਲ ਉਹਨੇ ਸਹਿਮਤੀ ਨਹੀਂ ਪ੍ਰਗਟਾਈ ਇਹਦਾ ਕੀ ਕਾਰਨ? ਦੇਖੋ ਉਹ ਅਸੀਂ ਜਦੋਂ ਪਹਿਲਾਂ ਮੀਟਿੰਗ ਬੁਲਾਈ ਹੈ ਮੇਰੇ ਨਾਲ ਸਹਿਮਤੀ ਕਰਕੇ ਗਿਆ ਘਰੇ ਆ ਕੇ ਉਹਦਾ ਭੂਆ ਦਾ ਮੁੰਡਾ ਸੀ ਉਹਦਾ ਸਾਲਾ ਸੀ ਉਹ ਆਪ ਉਹ ਸੀਗਾ ਔਰ ਕਹਿ ਕੇ ਗਿਆ ਵੀ 3 ਦਿਨਾਂ ਦੇ ਅੰਦਰ ਆਪਾਂ ਫੈਸਲਾ ਕਰਕੇ ਚੋਣ ਕਰਾਂਗੇ ਮੈਂ ਕਿਹਾ ਵੀ ਠੀਕ ਹੈ 3 ਦਿਨ ਟੱਪ ਗਏ ਫਿਰ 10 ਦਿਨ ਟੱਪ ਗਏ ਪਤਾ ਫਿਰ ਮੈਂ ਇਹਨੂੰ ਕਿਹਾ ਵੀ ਕਾ ਭਾਈ ਫਿਰ ਆ ਗਿਆ ਕਹਿੰਦਾ 1-2 ਦਿਨ ਹੋਰ ਠਾ ਨਹੀਂ ਮੈਂ ਕਿਹਾ ਵੀ ਠੀਕ ਹੈ ਫਿਰ 2 ਮਹੀਨੇ ਤੋਂ ਬਾਅਦ ਹੁਣ ਤੁਸੀਂ ਅੰਦਾਜ਼ਾ ਲਓ ਵੀ ਅਸੀਂ ਤਾਂ ਆਪ ਹੀ ਗੱਲ 'ਤੇ ਖੜ੍ਹੇ ਰਹੇ ਜਦੋਂ ਤੱਕ 11 ਦਿਨ ਨੂੰ ਸਰਕਾਰ ਬਣੀ ਨਵੀਂ ਰਿਜ਼ਲਟ ਆਇਆ ਉਹ ਦਿਨ ਗਿਆ ਅੱਜ ਤੱਕ ਇਹ ਗੱਲ ਲੱਪੀ ਰੱਖਿਆ ਸਾਨੂੰ ਇਲੈਕਸ਼ਨ ਵਾਲੇ ਜਦੋਂ ਤੁਹਾਨੂੰ ਨਾਲ ਤੁਸੀਂ ਰਲੇ ਹੋ ਜਾਂ ਤੁਹਾਨੂੰ ਉਹਨਾਂ ਨੇ ਰਲਾਇਆ ਤੁਹਾਡੇ ਕੋਲ ਮਤਭੇਦ ਸੀਗੇ ਉਦੋਂ ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀਗਾ ਜੀ? ਨਹੀਂ ਦੇਖੋ ਮੇਰੇ ਕੋਲ ਘਰ ਗਿਆ ਇਹ ਤੁਸੀਂ ਉੱਥੇ ਤੁਹਾਡੇ ਬੰਦੇ ਦੇਖਣ ਸੀਗੇ ਜਿਹੜੇ ਪ੍ਰੈਸ ਕਾਨਫਰੰਸ ਹੋਈ ਕੁਛ ਬੰਦੇ ਸੀਗੇ ਤੁਹਾਡੇ ਸਾਹਮਣੇ ਗੱਲ ਹੋਈ ਮੈਂ ਕਿਹਾ ਮੇਰਾ ਕੋਈ ਮਤਭੇਦ ਕੋਈ ਰੌਲਾ ਨਹੀਂ ਸੀ ਸਾਡਾ ਮੁਕਤਸਰ ਮਾੜਾ ਮੁੰਡਾ ਚਲੋ ਹੋਈ ਗੱਲ ਨਹੀਂ ਉਸ ਗੱਲ ਦੀ ਚਲੋ ਇਹਨੇ ਆਪਣੀ ਗਲਤੀ ਮੰਨ ਲਈ ਆਪਾਂ ਗੱਲ ਖਤਮ ਕਰਤੀ ਤਾਂ ਆਪਾਂ ਉੱਥੇ ਗੱਲ ਕਰੋ ਬਹੁਤ ਨੁਕਸਾਨ ਹੋਇਆ 2.5-3 ਸਾਲਾਂ ਅਕਾਲੀ ਦਲ ਦੀ ਗੌਰਮੈਂਟ ਨੇ 2 ਸਾਲਾਂ 'ਚ ਮਸਾਂ ਪਹਿਲਾਂ ਕਿ ਠੀਕ ਕੀਤੀ ਅਸੀਂ ਉਹ ਦੁਆਰਾ ਉਹੀ ਹਾਲਤ ਜੇ ਸਾਰਾ ਸਿਸਟਮ ਠੀਕ ਰਹਿੰਦਾ ਤਾਂ ਜਿਹੜਾ ਅੱਜ ਤੁਹਾਡੇ ਗੁਆਂਢ ਖੜ੍ਹਾ ਜਿਹਦੇ ਤੁਸੀਂ ਰੋਜ਼ ਖਬਰਾਂ ਲਾਉਣੇ ਹੋ ਉਹ ਹੁਣ ਕੰਪਲੀਟ ਹੋ ਕੇ ਲੋਕਾਂ ਦੇ ਕੰਮ ਆਉਂਦੀ ਸੀ ਲੋਕਾਂ ਤੋਂ ਅਸੀਂ ਜਵਾਬ ਦਿਆ ਲੋਕਾਂ ਤੋਂ ਪੈਸੇ ਲਏ ਲੋਕਾਂ ਨੂੰ 1.5 ਕਰੋੜ ਰੁਪਇਆ ਮੈਨੂੰ ਜਦਾ ਇਕੱਠਾ ਕਰ ਮੈਂ ਜਵਾਬ ਦਿਆ ਲੋਕਾਂ ਨੂੰ ਪਰ ਜੇ ਇਹੋ ਜਿਹੇ ਹਾਲਾਤ ਆਈ ਗਏ ਤਾਂ ਫਿਰ ਤਾਂ ਕੋਈ ਗੱਲ ਸਿਰੇ ਵੀ ਨਹੀਂ ਲੱਗੀ
मैं किस मूह ना लोगों को जाऊँगा जब भी मैं पैसे दो भाई चलते है ना। हम तो कि लगता है सर कि भी ये जरा है धर्मशाला में ताला लगाया गया है एक खुलन भी कोई संभव सारी पुलिस की शाय है सिक्योरिटी का सारा सिस्टम है राजे बड़े के कह के पुलिस ने उ लाया मैं कोई जवाब कह नहीं मैं गलत रोज सुन के है ताला पुलिस ला के गई जी चाबी लैके जिंदा ला के राजू होर भी किसी संस्था ताला लाया कले ना ना किसी वो तो कोई मतलब ही नहीं बनता जी उन्होंने मतलब तो अभी मीटिंग पोस्टपोन हो गए कि देखो असी लोग साडे नाल खड़े साडा तां खुला चैलेंज है भी वोटां पा लैण डब्बा रख लैण ना मैं वोट किस तों मंगा ना मंगे जे ओह मंगू तां मैनूं मंगणियां पैणगियां आपदे आपके कैंडीडेट खड़े कर दो जिस संस्था किसी ने खड़ा होता सू भी मंजूर जो यूनानी मसले फैसला करना सो भी मंजूर आओ जी उतों मुड़ के आए है तो हम पता नहीं मीटिंग दो दिन की होंगी है चार दिन का रूपरेखा की होनी है चंकी होनी है या माड़ी होनी है परमात्मा जान प्रधान जी पुलिस प्रशासन ला सकता सी बिल्कुल नहीं ला सकते नहीं ला सकते तो मेरा तो पुलिस का मुकाबला है तो मैं आपे उन्होंने खोलूंगा हाईकोर्ट मैं वकील नाल गल करके पटीशन पा देनी मैंने दिखा डी एस पी डी एस इंस्पैक्टर तो कोई भी नहीं ला सकता नहीं ला सकते जाके सत्त सिपाही गए जिदा ठोकर अपलोड ने दसो कोई है ना विकी डिफाल्टर गए सुरेश के मुंडे शहर की संस्था है किसी की राइट है भी जिदा मार दूंगी प्रधान जी मीटिंग रखनी सी वेन्यू हो गई सर जी हाँ जी एक मीटिंग रखी है हो सकता है कल भी ना खुले ताला तो वैल्यू हो जाओ सर मतलब तो ही होर की राठौर साहब कि इतने मीटिंग ना होगी होर जगह तो रख सकते रख सकते हैं पर जे अपने दिमाग से हो ना जी गल कि इतने यहोजी हो सकती इस गल तो आप होर थे रख लेंगे मेरे को डी ए वी कॉलेज हैगा डी ए वी पब्लिक स्कूल हैगा मैं इतने टैंकर ला के इतने बात कर लेंगा तो लोग तो तैयार बैठे हैं जिथे मर्जी रख सी उठे मन प्रधान जी अगला स्टेप की होएगा तो इस तो अगला स्टेप देखो ये विचारधारा कर दे दो चार दिन भी ये ताली सुन दी है कि बिगड़ती है साढ़े कोशिश होगी भी ताली जो सुन जाए शहर के बेहतरी लिए ज्यादा अच्छी है अगर इन्हें अकाली ने इन्ना नुकसान करता है संस्थावान का भी वह खड़िया नहीं हो सकती सर एक जेडे धर्म बोर्ड के चेयरमैन नियुक्त किए गए ने श्री स्वरण गर्ग जी पर किसी सहमति भी बंदे कट्ठे हो गए 200 बंदा थोड़ा मेंबर है तो भी बंदे खड़े हो गए कहते जी फलाना प्रधान जी नियुक्त करता तो करूंगा गल बनूगा गल तुम उस प्रेस गए हो गए जिन्हें बनाए 25-30 बंदे भी वो 25-30 बंद नहीं पता सू किस मकसद वास्ते सकते हैरान हो बंद अगली मीटिंग सारे आए 30 बंदों से हाजिर से पुछो जाके सारा रोल ही सारी मंडी एक पासे है दो एक पासे है देखो मैं किधर पानी उतरता हूँ प्रधान जी जो अग ला के मच्छर वाला मामला संबंध में की विचार है देखो जी गल है उसके बारे में मैं कुछ कह नहीं सकता कि वो बंदे ने कॉम्प्रोमाइज कर लिया करता है कॉम्प्रोमाइज होया पता नहीं किवें होया किन्ने च होया आपको परमात्मा जानता है सारी स्कूल सारे शहर को पता उसके परिवार को पता है भाईचारे दोनों पता है जो की सरकार बनी है लोकल एम एल ए बनिया उदो दई घटनावें यह घट गई कारण की है एम एल ए ने पूछो भी भाई क्यों हो रहा है कोई शराब देखी है डू डू सा घर रखी बैठा है जो फड़े गया 146 का भी ए बंदा खास है गिदड़वाह तो सोनी डल्ला की रिपोर्ट जगत सेवक वैब टीवी।